ਮੰਨ ਲੈਨੇ ਆ, ਤੇਰੀ ਮੰਨ ਲੈਨੇ ਗੱਲ, ਉਹ ਤੇਰੀ ਮਾਂ ਦੀ ਬਟ ਹੁਣ ਦੇ ਟਾਈਮ ਬਈ ਮੈਂ ਤਾਂ ਨਹੀਂ ਇਹ ਪਊਆ ਲੈਣ ਚੱਲੇ ਹੁੰਦੇ ਮਾਹੌਲ ਸ਼ਾਮ ਦਾ ਬੜਾ ਖਤਰਨਾਕ ਹੋਇਆ ਹੋਇਆ ਤੇ ਜਵਾਕਾਂ ਨੂੰ ਲੈ ਕੇ ਅਸੀਂ ਆਏ ਪੂਲ ਦੇ ਵਿੱਚ, ਹਾਂ ਆ ਤਾਂ ਗਏ ਆ ਪੂਲ ਚ, ਮਾਹੌਲ ਬਣਾ ਲਿਆ ਹਾਂ ਸੁੱਤੇ ਪੇ ਉੱਠੇ, ਉਹ ਜਾਈ ਨਾ ਸਾਡਾ ਠੰਡ ਲੱਗ ਜੂ, ਬਦਲ ਦੇਖ ਠੰਡਾ ਠੰਡਾ ਪਾਣੀ ਆ, ਮੌਸਮ ਇਕਦਮ ਚੇਂਜ ਹੋ ਗਿਆ, ਚੱਲ ਮਾਂ ਮੰਨਦਾ ਅਸੀਂ ਨੀ ਜਾਣਾ, ਠੰਡ ਬਹੁਤ ਆ, ਮੀਂਹ ਪੈ ਰਿਹਾ ਵਾ, ਆ ਚਾਚੂ ਖੜੋ ਇਹਨੂੰ, ਤੇ ਮੈਂ ਕਿਹਾ ਚੱਲ ਵੀਡੀਓ ਆਨ ਕਰ ਲਈ, ਇਹ ਵੀ ਪਾ ਦਾਂਗੇ 3-4 ਮਿੰਟ ਦੀ, ਜਿੰਨੀ ਕੁ ਬਣੀ ਨਾ ਆਪਾਂ ਪਾ ਦੇਣੀ ਆ ਇਹ, ਤੇ ਮਾਹੌਲ ਬਹੁਤ ਸੋਹਣਾ ਯਾਰ, ਉੱਪਰ ਬਾਰਿਸ਼ ਦਾ ਮਾਹੌਲ ਆ ਪ੍ਰੋਪਰ, ਤੁਹਾਨੂੰ ਪ੍ਰੋਪਰ ਦਿਖਾਉਣਾ ਇੱਕ ਮਿੰਟ, ਬੱਦਲ ਬੱਦਲ ਬਾਈ ਹੋਈ ਆ ਪੂਰੀ ਪ੍ਰੋਪਰ, ਉਹ ਦੇਖ ਬੱਦਲ, ਆਹ ਦੇਖੋ ਥੱਲੇ ਨਜ਼ਾਰਾ, ਚਾਚਾ ਭਤੀਜਾ ਪਾਉਂਦੇ ਨੇ ਪਟਾਕਾ, ਆਬੂ ਬੇਟਾ ਤੇਰੇ ਸਪੈਕਸ ਧਿਆਨ ਨਾਲ, ਹੈ ਹਾਂ ਹਾਂ ਆਫ ਕਰ ਦੇ, ਮੈਨੂੰ ਮਾਰਿਆ ਸੀ ਉਹਨੇ ਧੱਕਾ, ਮੈਂ ਆਇਆ ਕਹਿ ਕੇ ਵੀ ਮੈਂ ਚੱਲਿਆ ਥੱਲੇ, ਖੜਾ ਬਦਲਾ ਤਾਂ ਬਣਦਾ ਸੀ ਕਿਉਂ ਕੀ ਪੈਰਾਂ ਥੋੜਾ ਜ਼ਮੀਨ ਨਿਕਲ ਗਈ ਇੱਕਦਮ, ਚੱਲੀਏ ਠੀਕ ਆ, ਹਿਸਾਬ ਕਿਤਾਬ ਪੂਰਾ ਹੁਣ ਮਾਹੌਲ ਅੱਜ ਪੂਰਾ ਵਧੀਆ ਬਾਈ, ਪੂਰੇ ਬੱਦਲ ਛਾਏ ਆ, 3 ਦਿਨ ਦਾ ਅਲਰਟ ਦੇ ਤਾ ਦੁਬਈ ਗੌਰਮੈਂਟ ਨੇ, ਬਈ ਮੀਂਹ ਪੈ ਸਕਦਾ, ਅੱਜ ਮੈਂ ਆਇਆ ਹੀ ਸੀ ਆਉਂਦਾ ਹੀ ਇਹਨਾਂ ਨੂੰ ਪੂਲ ਚ ਲਿਆ ਆ, ਮੀਂਹ ਆ ਗਿਆ ਥੋੜਾ ਥੱਲੇ ਨੂੰ ਕਰਕੇ ਆਇਆ, ਉਹਦੀ ਆਵਾਜ਼ ਬਹੁਤ ਆਊਗੀ, ਆਪਾਂ ਪੌਡਕਾਸਟ ਦੀ ਵੀਡੀਓ ਅਪਲੋਡ ਕੀਤੀ ਆ ਯੂਟਿਊਬ ਚੈਨਲ ਤੇ, ਅੱਛਾ ਵਰਕ ਕਰ ਰਹੀ ਆ, ਵਿਊ ਆ ਰਹੇ ਨੇ ਥੋੜੇ ਥੋੜੇ, ਸਾਨੂੰ ਉਨੇ ਕਿਨਾਰੇ ਬਹੁਤ ਹੌਸਲਾ, ਤੇ
ਪੋਡਕਾਸਟ ਜਾ ਕੇ ਦੇਖ ਲਿਓ ਜਿਹੜੇ ਆਪਣੇ ਦੁਬਈ ਦੇ ਵਿੱਚ ਟਿਕਟੋਕ ਮਤਲਬ ਟਿਕਟੋਕ 'ਤੇ ਗਾਹ ਪੈਂਦਾ ਪੂਰਾ ਫੁੱਲ ਲਾਈਵ ਹੋ ਕੇ ਥੋੜ੍ਹਾ ਕੁ ਉਹਦੇ ਬਾਰੇ ਗੱਲਾਂ ਕੀਤੀਆਂ ਆਪਾਂ ਹੈ ਨਾ ਜਾ ਕੇ ਦੇਖ ਲਿਓ ਥੈਂਕ ਯੂ ਸੋ ਮਚ ਕੰਬੀ ਜਾਂਦਾ ਅੱਜ 16,000 ਸਬਸਕ੍ਰਾਈਬਰ ਰਾਤ ਨੂੰ ਹੋ ਜੂਗਾ ਇਹ ਸਾਡੀ ਉਮੀਦ ਆ ਇਨਸ਼ਾਅੱਲਾ ਹੋਣਾ ਚਾਹੀਦਾ ਬਹੁਤ ਤੇਜ਼ੀ ਨਾਲ ਫੋਲੋਅਰ ਵਧਾਉਂਦੇ ਹੋਏ ਮੁੰਡੇ ਪੂਰੀ ਤਬਾਹੀ ਲਿਆਉਂਦੇ ਹੋਏ ਮੀਂਹ ਆ ਗਿਆ ਬਹੁਤ ਨਹੀਂ ਪੁੱਤ ਨਹੀਂ ਕੁਛ ਹੁੰਦਾ ਤੈਨੂੰ ਠੰਡ ਹੀ ਲੱਗ ਰਹੀ ਲੱਗ ਤਾਂ ਰਹੀ ਹੋ ਥੋੜੀ ਜੀ ਚੱਲ ਆ ਪਾਲਾ ਫਿਰ ਇੱਧਰ ਦੇ ਅੰਦਰ ਦੇ ਪਾਪਾ ਇਹਨੂੰ ਇੱਦਾਂ ਕਰ ਲਾ ਇਹ ਇੱਦਾਂ ਕਰ ਚੱਲ ਰੁਕ ਜਾ ਹਜੇ ਛਾਲ ਮਾਰੀ ਆਹ ਫੜ ਕੇ ਰੱਖ ਕੈਮਰਾ ਇੱਕ ਮਿੰਟ ਲੱਗ ਗਈਆਂ ਇਹ ਆ ਲੈ ਚੱਚ ਕੋਲ ਕਰਾਂ ਇਹ ਰੁਕ ਜਾ ਕਰਦੇ ਲਓ ਵੀ ਬੰਦਾ ਰੈਡੀ ਆ ਅਸਲੀ ਫੜ ਲੈ ਇਹਨੂੰ ਮਾਰ ਦੇ ਛਾਲ ਚੱਲ ਚੱਲ ਚਾਚੂ ਆ ਗਿਆ ਉਹਦੇ ਚੱਲ 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 ਛਾਲ ਮਾਰ ਦੇ ਛਾਲ ਮਾਰ ਦੇ ਛਾਲ ਮਾਰ ਦੇ ਛਾਲ ਮਾਰ ਦੇ ਹੁਣ ਨਹੀਂ ਡੁੱਬਦਾ ਸ਼ਾਬਾਸ਼ ਲਓ ਵੀ ਐਮਰਜੈਂਸੀ ਅਲਰਟ ਫੁੱਲ ਆ ਪੂਰਾ ਤਿੰਨ ਦਿਨ ਦਾ ਅਲਰਟ ਸੀਗਾ ਤੇ ਬਾਕੀ ਹੁਣ ਅਸੀਂ ਬਾਹਰ ਆਏ ਨਾ ਸਵੇਰ ਦੀ ਬਾਰਿਸ਼ ਹੋ ਰਹੀ ਆ ਲੇਕਿਨ ਮਾਹੌਲ ਜਿਹੜਾ ਹੁਣ ਅਸੀਂ ਦੇਖ ਰਹੇ ਹਾਂ ਨਾ ਬਾਰਿਸ਼ ਤੇਜ਼ ਹੋ ਗਈ ਆ ਪੂਰੀ ਆਪਾਂ ਤਾਂ ਲਓ ਜੀ ਪੂਲ ਨੂੰ ਮੈਂ ਤਾਂ ਕਰ ਚਲਿਆ ਲਵੇ ਤਾਂ ਬੱਚੇ ਹੈਗੇ ਆ ਉੱਤੇ ਹਲੇ ਆਪਾਂ ਕਰ ਦਈਏ ਹੁਣ ਓਕੇ ਬਾਏ ਟਾਟਾ ਇਹਨਾਂ ਨੇ ਮੇਰਾ ਟਾਈਮ ਹੋ ਗਿਆ ਜਾਣ ਦਾ ਮੈਂ ਰੈਡੀ ਹੁੰਦਾ ਅਤੇ ਮਾਹੌਲ ਬਹੁਤ ਸਹੀ ਹੋਇਆ ਹੋਇਆ ਬਾਹਰ ਨੰਬਰ ਇਸਕੋ ਅਤੇ ਜਾ ਕੇ ਮਿਲਦਾ ਫਿਰ ਤੁਹਾਨੂੰ ਕੀ ਕਹਾਣੀ ਪੈਂਦੀ ਆ ਠੀਕ ਆ ਬਸ ਕਰਿਆ ਕਿ ਉਹੀ ਕਬੀਲਦਾਰੀ ਵਾਲੇ ਕੰਮ ਸ਼ੁਰੂ ਹੋ ਜਾਂਦੇ ਨੇ ਵੀ ਆਪਦੇ ਆਪ ਕੱਪੜੇ ਲਾ ਲਓ ਜਿਹੜੇ ਬਾਹਰ ਪਾਏ ਆ ਹਨਾ ਮੀਂਹ ਬਹੁਤ ਤੇਜ਼ ਆ ਭਾਦੜਾਂ ਪੈ ਗਈਆਂ ਇੱਕੋ ਦਮ ਹੀ ਚਲੋ ਜੀ ਮਿੱਤਰੋ ਅਤੇ 3-4 ਮਿੰਟ ਦਾ ਵਲੋਗ ਆ ਜਾਂ ਹੱਦ 5 ਮਿੰਟ ਦਾ ਹੋਊਗਾ ਅਤੇ ਸਮਾਪਤੀ ਕਰਦੇ ਹਾਂ ਜੀ ਇੱਥੇ ਅਤੇ ਇਹਨੂੰ ਹੀ ਅਪਲੋਡ ਕਰਾਂਗੇ ਪਿਆਰ ਦੇਣ ਲਈ ਸ਼ੁਕਰੀਆ ਥੈਂਕ ਯੂ ਸੋ ਮੱਚ ਚੈਨਲ ਨੂੰ ਵੀ ਸਾਡੇ ਪੋਡਕਾਸਟ ਨੂੰ ਵੀ ਅੱਗੇ ਅੱਗੇ ਨਵੇਂ ਨਵੇਂ ਪੋਡਕਾਸਟ ਹੋਰ ਵੀ ਆਉਣਗੇ ਥੈਂਕ ਯੂ ਸੋ ਮੱਚ ਬਾਬਾਸ ਲਓ ਜੀ ਇਹ ਆਪਣਾ ਮਾਹੌਲ ਤਾਂ ਬਹੁਤ ਖਰਾਬ ਆ ਹੈ ਨਹੀਂ ਮੈਂ ਇੱਧਰ ਹੀ ਮੈਂ ਜਾਣਾ ਤਾਂ ਡਿਊਟੀ 'ਤੇ ਸੀਗਾ ਮੰਨਦਾ ਨਹੀਂ ਮੈਂ ਤਾਂ ਪਿਆ ਸੀਗਾ ਅੱਜ ਪੂਰਾ ਦਿਨ ਘਰੇ ਹਾਲਤ ਰਹਿ ਗਈ ਆਉਣੀ ਆ ਰੋਕਦਾ ਹਜੇ ਵੀ ਮੰਨਦਾ ਨਹੀਂ ਪਿਆ ਚੱਲ ਤੈਨੂੰ ਮਾਹੌਲ ਦਿਖਾਉਣਾ ਜੇ ਜਾਣਾ ਹੀ ਆ ਤੂੰ ਨਾ ਅੱਜ ਡਿਊਟੀ ਕਰ ਯਾਰ ਇਮਾਨਦਾਰ ਬੰਦੇ ਆ ਡਿਊਟੀ ਛੱਡ ਕੇ ਰਾਜ਼ੀ ਨਹੀਂ ਹੈਗੇ ਤੁਹਾਨੂੰ ਪਤਾ ਹੀ ਆ ਹਨਾ ਬਿਲਡਿੰਗਾਂ ਚੁਈ ਜਾਂਦੀਆਂ ਮੈਂ ਇੱਧਰ ਦੇਖਦਾ ਰੇ ਪਾਣੀ ਨਿਕਲਦਾ ਤੁਹਾਨੂੰ ਬਿਲਡਿੰਗ ਦਾ ਹਾਲ ਦਿਖਾਉਣਾ ਜੀ ਤਾਰਾਂ ਤੂਰਾਂ ਜਾਂਦੀਆਂ ਉਹ ਝੋਂਦਾ ਪਾਣੀ ਭੈਣ ਚੋ ਸਾਡੇ ਰਾਤ ਨੂੰ ਪਈ ਨਾ ਰਹਿ ਜੀ ਇਹ ਕਰੰਟ ਨਾ ਜੇ ਬਿਲਡਿੰਗ ਕੀ ਕਰਨਾ ਤੂੰ ਫਿਰ ਘਬਰਾ ਰਿਹਾ ਟੈਨਸ਼ਨ ਨਾ ਲੈ ਤੂੰ ਹਾਂ ਹੁਣ ਦੱਸ ਫਿਰ ਜਾਣਾ ਕਿ ਨਹੀਂ ਤੂੰ ਰੁਕ ਗਿਆ ਯਾਰ ਤੂੰ ਨਹੀਂ ਮੰਨਦਾ
ਯਾਰ ਮੈਂ ਤਾਂ ਤੈਨੂੰ ਇਹ ਕਹਿੰਦਾ ਅਸਲੀ ਮੈਂ ਬਈ ਯਾਰ ਗੱਲ ਕੋਈ ਨੀ ਐਵੇਂ ਤੂੰ ਜੁੱਤੀਆਂ ਪਵਾ ਦੇਣੀ ਉਹਦੇ ਧਾਰਾਂ ਪੈਂਦੀਆਂ ਨਹੀਂ ਮੰਨਦਾ ਯਾਰ ਯਾਰ ਹੁਣ ਮੈਂ ਇਹਨੂੰ ਮਨਾਈ ਗਿਆ ਮੈਂ ਜਵਾਕ ਵੀ ਥੱਲੇ ਲੈ ਕੇ ਗਿਆ ਜਵਾਕਾਂ ਨੂੰ ਮਾਹੌਲ ਦਿਖਾਇਆ ਪੂਰਾ ਬਾਹਰਲਾ ਮੀਂਹ ਪੈਂਦਾ ਡਰੇ ਪੂਰਾ ਬਿਜਲੀ ਬਿਜਲੀ ਗੜਕਦੀ ਆ ਤੇ ਇਹ ਨਿਕਲਿਆ ਸਵੇਰ ਦਾ ਹੁਣ ਮੈਂ ਇਹਨੂੰ ਕਿਹਾ ਮੰਨ ਲਾ ਯਾਰ ਐਵੇਂ ਛੋਟੀ ਜਿਹੀ ਗੱਲ ਪਿੱਛੇ ਇੱਕ ਦਿਹਾੜੀ ਪਿੱਛੇ ਆਪਾਂ ਨੁਕਸਾਨ ਕਰਾ ਲਾਂਗੇ ਲੱਖਾਂ ਦੀਆਂ ਗੱਡੀਆਂ ਦਾ ਹਨਾ ਮਤਲਬ ਟੋਟਲ ਮਿਲਾ ਕੇ ਇਹਨੇ ਮੈਨੂੰ ਮੁਕਰਾਉਣਾ ਹੀ ਆ ਬੰਦਾ ਹੀ ਮੁਕਰਾਉਣਾ ਹੁੰਦਾ ਤੇ ਐਂ ਕਰਦੇ ਆ ਆਪਾਂ ਗੱਡੀ ਚੱਕ ਕੇ ਦੇਖ ਲੈਂਦੇ ਪਤਾ ਲੱਗ ਜੂ ਇੱਥੇ ਪਤਾ ਲੱਗ ਜੂ ਰੋਡ ਤੋਂ ਸਾਨੂੰ ਮੁੜ ਪਈ ਜਿੱਥੇ ਵੀ ਫਲੱਡ ਦੇ ਕੇ ਕਿਉਂਕਿ ਯਾਰ ਪਾਣੀ ਬਹੁਤ ਆ ਹਨਾ ਕਰੇ ਐਂ ਹੁੰਦਾ ਰੋਡ ਤੇ ਸਡਨਲੀ ਫਲੱਡ ਹੁੰਦਾ ਉੱਥੇ ਗੱਡੀ ਸਲਿੱਪ ਹੋ ਜਾਂਦੀ ਹੈ ਸਲਿੱਪ ਹੋ ਕੇ ਕੰਟਰੋਲ ਨਹੀਂ ਰਹਿੰਦੀ ਫਿਰ ਸੀਵਰੇਜ ਚੱਕੇ ਹੋਏ ਅੱਜ ਦੇ ਦਿਨ ਸਾਰੇ ਕਿਤੇ ਚੱਲ ਆਇਆ ਫਿਰ ਠੀਕ ਆ ਚੱਲ ਫਿਰ ਯੂ ਆਰ ਰਾਈਟ ਮੜੂੰਗਾ ਜੇ ਮੈਨੂੰ ਮਾਹੌਲ ਸਹੀ ਨਾ ਲੱਗਿਆ ਤਾਂ ਪੱਕਾ ਮੜੂੰਗਾ ਗੱਡੀ ਵੀ ਆਪਾਂ ਚੱਕੀ ਆ ਮੈਂ ਮੋਸਟਲੀ ਆਹੀ ਗੱਡੀ ਲੈ ਕੇ ਜਾਂਦਾ ਹੁੰਦਾ ਉਹ ਨਹੀਂ ਪਤਾ ਆਵਾਜ਼ਾਂ ਨਹੀਂ ਸੁਣਦੀਆਂ ਅਸਮਾਨ ਚੋਂ ਰੱਬ ਦੀਆਂ ਨਾ ਜਾਓ ਨਾ ਜਾਓ ਭਾਈ ਇਹ ਆਹ ਇੱਥੇ ਮੈਂ ਤਾਂ ਨਹੀਂ ਸੁਣੀ ਇੰਨੀ ਬਿਜਲੀ ਗੜਕਦੀ ਬੱਦਲ ਗਰਜਦੇ ਹਨਾ ਤੇ ਆਹ ਆਹ ਦੋ ਕੱਲ੍ਹ ਦੇ ਤਾਂ ਅੱਜ ਦਾ ਤੇ ਕੱਲ੍ਹ ਨੂੰ ਇੱਕ ਹੋਰ 3 ਦਿਨ ਦਾ ਅਲਰਟ ਹੈ ਇਹਦਾ ਇੱਥੇ ਬਾਰਿਸ਼ ਦਾ ਵਧੀਆ ਪਿਆ ਸੀਗਾ ਯਾਰ ਮਾਹੌਲ ਬਣਿਆ ਹੋਇਆ ਥੋੜਾ ਵਾਈਪਰ ਮਾਰਦਾ ਮੂੰਹ ਵੀ ਨਹੀਂ ਧੋਤਾ ਛੋਤਾ ਇਹ ਦੁਬਈ ਗੌਰਮੈਂਟ ਨੇ ਦਿੱਤਾ ਅਲਰਟ ਹੈ ਦਿੱਤਾ ਹੋਇਆ ਤੇ ਇਹ ਫਿਰ ਤੁਹਾਡੀ ਗਲਤੀ ਹੈ ਅਗਰ ਤੁਸੀਂ ਗੱਡੀ ਲੈ ਕੇ ਬਾਹਰ ਜਾਂਦੇ ਹੋ ਤਾਂ ਸਟੱਕ ਹੋ ਜਾਂਦੇ ਹੋ ਤਾਂ ਫਿਰ ਗਲਤੀ ਤੁਹਾਡੀ ਹੈ ਤੁਸੀਂ ਕਿਸੇ ਤੇ ਬਲੇਮ ਨਹੀਂ ਕਰ ਸਕਦੇ ਸਕੂਲ ਸਕੂਲ ਕੰਪਨੀ ਜੋ ਵੀ ਸਾਰਾ ਕੁਛ ਐਨ ਠੱਪ ਪਿਆ ਕੰਮ ਤਾਂ ਮੀਂਹ ਦਾ ਸਟਾਰਟ ਹੀ ਆ ਬਾਹਰ ਚੱਲ ਦਿਖਾ ਦਿੰਦੇ ਹਾਂ ਥੋੜਾ ਵਾਈਪਰ ਛੱਡੀ ਰੱਖ ਸਾਫ ਹੋ ਜੂ ਨਾ ਸ਼ੀਸ਼ੇ ਚ ਲੋ ਵੀ ਆ ਲੈ ਲਾ ਆ ਚੱਕ ਲਾ ਪਾਣੀ ਤਾਂ ਮੂਹਰੇ ਖੜਾ ਤੇਰੇ ਘਰ ਸਾਫ ਤਾਂ ਕਰ ਦੇ ਯਾਰ ਤੂੰ ਕੰਜੂਸੀ ਨਾਲ ਵਾਈਪਰ ਕਿਉਂ ਮਾਰਦਾ ਤੇਜ਼ ਕਰਦੇ ਹਾਂ ਉਹ ਤਾਂ ਵਧੀਆ ਵਾਈਪਰ ਹੈ ਇੰਪੋਰਟੈਂਟ ਉਧਰ ਦਾ ਵਾਈਪਰ ਲੱਗਦਾ ਉਹ ਕਲੀਨ ਨਹੀਂ ਕਰਦਾ ਆ ਲੈ ਯਾਰ ਮੈਂ ਦਿਖਾਣਾ ਇੱਧਰ ਦੀ ਆ ਦਿਖਾ ਫਿਰ ਲੈ ਫੜਾ ਆ ਲੈ ਤੈਨੂੰ ਹੁਣ ਹੀ ਦਿਖਾਦਾ ਮੋੜ ਜਾ ਆ ਲੈ ਕਿੰਨਾ ਪਾਣੀ ਇੱਥੋਂ ਦੀ ਸਾਫ ਹੈ ਪੂਰਾ ਫਲੱਡ ਨਵੇਂ ਦਿਨ ਬੁੱਚੀਆਂ ਪਾ ਕੇ ਦਿਖਾਵਾਂ ਪਾਣੀ ਦੀਆਂ ਚੱਲ ਠੀਕ ਆ ਫੇਰ ਪਤਾ ਲੱਗ ਜੂ ਚੱਲ ਮੰਨ ਲੈਨੇ ਆ ਤੇਰੀ ਮੰਨ ਲੈਨੇ ਗੱਲ ਉਹ ਤੇਰੀ ਮਾਂ ਦੀ ਮੌਸਮ ਚ ਪੂਏ ਵਾਲੀ ਬਹੁਤ ਹੁੰਦੇ ਨਾ ਬੋਤਲ ਵਾਲੇ ਉਹ ਤਾਂ ਯਾਰ ਬਣਦਾ ਵੀ ਆ ਮੌਸਮ ਚ ਊ ਕਹਿੰਦਾ ਵਾ ਤੁਰ ਕੇ ਸੌਖਾ ਵਾ ਤੂੰ ਮੁੜ ਜਾਏਗਾ ਜਾਂ ਬਾਅਦ ਚੱਕ ਕੇ ਪੈਂਟ ਨਿਕਲ ਜਾਏਗਾ ਗੱਡੀ ਫਸ ਗਈ ਤਾਂ ਗਈ ਹਾਂ ਇਹ ਤਾਂ ਗੱਲ ਹੈ ਔਰ ਗੱਡੀ ਦਾ ਨੁਕਸਾਨ ਵੀ ਹੋ ਜੂ ਹੁਣ ਤੂੰ ਮੈਨੂੰ ਫਿਰ ਗੇੜਾ ਤਾਂ ਪਾਇਆ ਹੀ ਆ ਰਾਉਂਡ ਗੱਡੀ ਗੰਦੀ ਕਰਾਈ ਉਹ ਵਾਧੂ ਚੱਲ ਕੋਈ ਗੱਲ ਨਹੀਂ ਮੇਰੇ ਦਿਲ ਨੂੰ ਤਸੱਲੀ ਆ ਨਾ ਵੀ ਮੈਂ ਫਾਲਤੂ ਛੁੱਟੀ ਨਹੀਂ ਕੀਤੀ ਚੱਲ ਮੈਸੇਜ ਕਰ ਦੇ ਸਾਰਿਆਂ ਨੇ ਤਾਂ ਮੈਸੇਜ ਤਾਂ ਆਇਆ ਸਾਰਾ ਵਾਈਪਰ ਥੋੜਾ ਤੇਜ਼ ਰੱਖ ਯਾਰ ਮੀਂਹ ਬਹੁਤ ਪੈ ਰਿਹਾ ਤੇਰਾ ਵਾਈਪਰ ਸਲੋ ਵਰਕ ਫਰਮ ਹੋਮ
ਘੁਮਾ ਦਿਓ ਉਹਨੂੰ, ਰੋਟੇਟ ਕਰਦੇ ਤਾਂ ਚਾਰ ਪੰਜ ਤੇ ਆ ਬਸ ਠੀਕ ਆ। ਮੈਂ ਕਿਹਾ ਹੋਰ ਤੇਜ਼ ਕਰਕੇ ਘਸਾਵਾਂ, ਤੂੰ ਕਿਹੜਾ ਜਾਣਾ ਹੁਣ। ਤੂੰ ਇਮਤਿਹਾਨ ਵਾਲੀ ਘੜੀ ਆ ਅਸਲੀ ਮੈਂ, ਤੂੰ ਮਾਂ ਨਹੀਂ ਜਾਣਾ ਅਸਲੇ ਕੀ ਨਹੀਂ, ਇੱਥੋਂ ਮੋੜ ਦੇਣਾ ਤੈਨੂੰ ਇਮਤਿਹਾਨ ਵਾਲੀ ਘੜੀ ਆ ਇੱਥੋਂ। ਇਹ ਅੱਛਾ ਇੱਥੋਂ ਕਹਿੰਦਾ, ਹਾਂ ਛੋਟੀਆਂ ਗੱਲਾਂ ਮੇਰੇ ਆਲਵੇਜ਼ ਉਹ ਰਾਹ, ਉਹ ਹੋ ਬੱਦਲ ਦੇ ਕੁਛ ਉਹ ਵਾਲਾ ਰਾਹ ਉਹ ਭਰਿਆ ਹੁੰਦਾ ਥੋੜੀ, ਉਹ ਇਧਰੋਂ ਦਿਖਾ ਇਧਰੋਂ ਬੱਦਲਾਂ ਹੀ ਨਹੀਂ। ਕਾਲੀਆਂ ਘਟਾਵਾਂ ਜਿਹਨੂੰ ਕਹਿੰਦੇ ਆ, ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਬਰਸਾ ਦੇ ਜ਼ੋਰੋ ਜ਼ੋਰ ਯਾਰ, ਮੀਂਹ ਤਾਂ ਬਹੁਤ ਜ਼ੋਰ ਦੀ ਬਰਸਾ ਆ, ਬੱਦਲ ਬਰਸੇ ਬਿਜਲੀ ਗਰਜੇ, ਪਿੱਜ ਗਈਆਂ ਨਣਾਨੇ ਪੂਣੀਆਂ, ਬਾਹਰ ਹੀ ਪਿੱਜ ਗਏ ਚਰਖੇ। ਪੁਰਾਣੇ ਗਾਣੇ ਪੁਰਾਣੇ ਆਪਣੇ ਟਾਈਮ ਦੇ ਗਾਣੇ ਹੁੰਦੇ। ਓਹ ਹੋ ਕੱਚਾ ਰੋਡ ਦੜਾ ਦੜ ਚੱਲ ਬਈ ਮੱਖਣਾ, ਚੱਲ ਠੀਕ ਆ ਹੁਣ ਆ ਛੁੱਟੀ ਹੁਣ ਪੱਕਾ ਨੀ ਜੀ ਮੇਰੀ, ਇਹ 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 ਸਾਰਾ ਸ਼੍ਰੇਅ ਤੈਨੂੰ ਜਾਂਦਾ, ਚੱਕਰੇ ਆ ਬਈ ਸਿਆਣਾ ਬਣ ਗਿਆ ਸਿਆਣਾ ਸਿਆਣਾ ਬਣ ਗਿਆ ਇਹਨੂੰ। ਹਾਂ ਦੱਸ, ਕੱਲ ਨੂੰ ਵੀਡੀਓ ਪਾਏਗਾ ਮੋਏ 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 ਮੋਏ।